ਰਿਮਝਿਮ ਰਿਮਝਿਮ ਪੈਂਦੀਆਂ ਕਣੀਆਂ ਸਜਣਾ ਜਾਨ ਮੇਰੀ ਤੇ ਬਣੀਆਂ ਛੱਡ ਦੋ ਮੇਰਾ ਸੁਰ ਨਹੀਂ ਲੱਗਦਾ ਪਰ ਵੈਰੀ ਗੁੱਡ ਯਾਰ ਕੀ ਬਾਤ ਹੈ ਸੱਚੀ ਲੁੱਟ ਕੇ ਲੈ ਗਿਆ ਸਟੇਜ ਵਿਨੇ ਤੁਸੀਂ ਮੇਰੇ ਨਾਲ ਮੈਚਿੰਗ ਕੀਤੀ ਅੱਜ ਹਨਾ ਮੈਡਲ ਪੈ ਗਿਆ ਜੀ ਕੀ ਬਾਤ ਹੈ ਮੈਡਲ ਵੀ ਪੈ ਗਿਆ ਸ਼ਗਨ ਵੀ ਮਿਲ ਗਿਆ ਲਾਡੀ ਭਾਜੀ ਵੱਲੋਂ ਫਿਰ ਆਪਾਂ ਫਿਰ ਨਾਲ ਦੀ ਨਾਲ ਇਹਨੂੰ ਗੋਲਡਨ ਮਾਈਕ ਵੀ ਦੇ ਹੀ ਦਈਏ ਕੀ ਬਾਤ ਹੈ ਕੀ ਬਾਤ ਹੈ ਵੈਰੀ ਗੁੱਡ ਵਿਨੇ ਕਿੰਨਾ ਕਿਊਟ ਆ ਤੂੰ ਕਿੰਨਾ ਪਿਆਰਾ ਤੇਰੀਆਂ ਅਦਾਵਾਂ ਕਿੰਨੀਆਂ ਪਿਆਰੀਆਂ ਨੇ I love you. I love you too, man. ਅੱਛਾ ਗਾਇਕੀ ਦੇ ਜਿਹੜੇ ਵੀ ਅੰਗ ਨੇ ਸ਼ਾਇਦ ਉਹ ਪਰਮਾਤਮਾ ਦੀ ਦੇਣ ਹੈ ਤੇ ਮੈਨੂੰ ਲੱਗਦਾ ਏਦਾਂ ਹੀ ਬਣਿਆ ਰਹੇ ਤੇ ਆਹ ਬੱਚੇ ਨੇ ਬਹੁਤ ਤਰੱਕੀ ਕਰਨੀ ਹੈ ਮੈਂ ਪਤਾ ਕੀ ਕਹਿੰਦਾ ਗੁਰਮੀਤ ਸਰ ਇਸ ਉਮਰ ਦੇ ਵਿੱਚ ਇੰਨੀਆਂ ਕੁਆਲਿਟੀਜ਼ ਹੋਣਾ ਔਰ ਇੰਨਾ ਮੰਜਿਆ ਹੋਇਆ ਹੋਣਾ ਲੱਗਦਾ ਹੈ ਵੀ ਇਹ ਕੋਈ ਐਸੀ ਰੂਹ ਹੈ
ਜਿਹੜੀ ਐਕਚੁਅਲ 'ਚ ਕਿਸੇ ਉਸਤਾਦ ਦੀ ਮਾਰ ਖਾ ਕੇ ਇਸ ਰੂਪ ਦੇ ਵਿੱਚ ਆਈ? ਮੇਰੇ ਖਿਆਲ ਤਾਂ ਗਾਣੇ ਦੇ ਵਿੱਚ ਹੀ ਜਦੋਂ ਗਾਉਂਦੇ ਕਹਿੰਦੇ ਕਿ ਗਿਟਾਰ ਦਾ ਪੀਸ ਆਉਂਦਾ ਪੀਸ, ਉਹ ਭਾਜੀ ਨੇ ਤਾਂ ਵਜਾਈ ਨਹੀਂ, ਇਹਨੇ ਵਜਾਇਆ ਸਾਰਾ, ਉਹ ਗਿਟਾਰ ਦਾ ਪੀਸ ਵਜਾ ਕੇ ਫਿਰ ਆਪਣਾ ਮਾਈਕ ਫੜ ਕੇ ਉਹਨੇ ਅੰਤਰਾ ਬਖੂਬੀ ਅੰਤਰਾ ਚੁੱਕਿਆ। ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਂਦੀ ਸਾਡੇ ਜੱਜਿਸ ਲਈ ਇਸ ਨਿੱਕੇ ਜੇ ਛੋਟੇ ਚੈਮ ਦੇ ਲਈ। ਥੈਂਕ ਯੂ ਸੋ ਮਚ ਜੱਜਿਸ, ਥੈਂਕ ਯੂ ਸੋ ਮਚ। ਕੀ ਬਾਤ ਹੈ, ਜੀਤੇ ਰਹੋ। ਗੋਡ ਬਲੈਸ ਯੂ ਵਿਨੇ।